ਕਈ ਚੀਜ਼ ਤੁਹਾਨੂੰ ਵੇਖਣ ਨੂੰ ਵਧੀਆ ਲੱਗੇ ਤਾਂ ਹੀ ਖਾਣ ਨੂੰ ਦਿਲ ਕਰਦਾ ਜੇ ਕੱਲ ਨੂੰ ਹੋਇਆ ਉਹਨਾਂ ਨੂੰ ਵਧੀਆ ਰਹਿ ਕੀਤਾ ਹੋਇਆ ਨਮਕ ਮਿਰਚ ਲਗਾ ਕੇ ਧਨੀਆ ਲਗਾ ਕੇ ਵੇਖ ਕੇ ਮੂੰਹ 'ਚ ਪਾਣੀ ਆਉਂਦਾ ਨਾ ਖਾਣ ਨੂੰ ਬੋਲੋ ਕੌਣ ਦੱਸਦਾ ਚੀਜ਼ ਵਧੀ ਠੀਕ ਹੈ ਫਿਰ ਕੀ ਆਉਂਦਾ ਟੇਸਟ ਉਹ ਟੰਗ ਠੀਕ ਹੈ ਜਦੋਂ ਟੇਸਟ ਉਹ ਟੰਗ ਆਉਂਦਾ ਉਹ ਚੀਜ਼ ਆਪਾਂ ਖਾਂਦੇ ਹਾਂ ਜੇ ਪਤਾ ਨਹੀਂ ਬਹੁਤ ਸਵਾਦ ਹੈ ਠੀਕ ਹੈ ਬਹੁਤ ਸਵਾਦ ਆਪਾਂ ਬਹੁਤ ਖਾਂਦੇ ਹਾਂ ਫਿਰ ਆਉਂਦਾ ਟੇਸਟ ਉਹ ਟੰਗ ਠੀਕ ਹੈ ਜਦੋਂ ਅੱਖਾਂ ਪਹਿਲਾਂ ਕੀ ਖਾਂਦਾ ਅੱਖਾਂ ਫਿਰ ਜੇ ਫਿਰ ਟੰਮੀ ਠੀਕ ਹੈ ਫਿਰ ਟੰਮੀ ਕਹਿੰਦੀ ਹੋਰ ਆਉਂਦੇ ਹੋਰ ਆਉਂਦੇ ਠੀਕ ਹੈ ਨੀਅਤ ਨਹੀਂ ਪੈਂਦੀ ਬੰਦੇ ਦਾ ਪੇਟ ਭਰ ਜਾਂਦਾ ਠੀਕ ਹੈ ਉਹਨੂੰ ਕੀ ਹੁੰਦਾ ਇਸ ਚੀਜ਼ ਨੂੰ ਹੁਣ ਸਾਰਿਆਂ ਨਾਲ ਵੱਡੀ ਕੀ ਚੀਜ਼ ਹੈ ਭਾਵੇਂ ਕੋਈ ਦਾਲ ਬਣਾਉਣੇ ਪਏ ਹੋ ਭਾਵੇਂ ਕੋਈ ਸਬਜ਼ੀ ਬਣਾਉਣੇ ਪਏ ਹੋ ਕੁਛ ਵੀ ਕਰਦੇ ਪਏ ਹੋ ਸਮਝ ਆ ਗਈ ਉਹਦੀ ਪ੍ਰੈਜੈਂਟੇਸ਼ਨ ਸਾਰਿਆਂ ਨਾਲ ਪਹਿਲਾਂ ਉਹਦੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਕਰਿਆ ਉਹਦੀ ਲੁੱਕ ਬਹੁਤ ਵਧੀਆ ਦਿਓ ਭਾਵੇਂ ਸਮੋਸਾ ਬਣਾਉਂਦੇ ਆ ਨਾ ਸਮੋਸੇ ਨੂੰ ਤੁਹਾਨੂੰ ਇੱਕ ਤਰੀਕਾ ਦੱਸੂਗਾ ਇੱਕ ਦੋ ਸਮੋਸਾ ਜੰਕਸ਼ਨ ਠੀਕ ਹੈ ਸਮੋਸੇ ਨੂੰ ਇੱਕ ਦੂਜੇ ਨਾਲ ਡਿਫਰੈਂਟ ਕਰਨਾ ਠੀਕ ਹੈ ਲੁੱਕ ਵਾਈਜ਼ ਡਿਫਰੈਂਟ ਕਰਨਾ ਠੀਕ ਹੈ ਟੇਸਟ ਵਾਈਜ਼ ਤੁਸੀਂ ਡਿਫਰੈਂਟ ਕਰਦੇ ਹੀ ਪਏ ਹੋ ਠੀਕ ਹੈ ਪ੍ਰੈਜੈਂਟੇਸ਼ਨ ਵਾਈਜ਼ ਵੀ ਥੋੜ੍ਹੀ ਡਿਫਰੈਂਟ ਕਰੋ ਕੋਈ ਵੀ ਚੀਜ਼ ਹੈ ਨਾ ਉਹਨੂੰ ਲੁੱਕ ਵਾਈਜ਼ ਡਿਫਰੈਂਟ ਹੋਣੀ ਚਾਹੀਦੀ ਤੁਹਾਡੇ ਘਰ ਚਾਰ ਤੁਸੀਂ ਸਬਜ਼ੀਆਂ ਬਣਾਈ ਜਾਂਦੇ ਉਹਨਾਂ ਦਾ ਟੇਸਟ ਇੱਕੋ ਜਿਹਾ ਹੈ ਸਾਰੀਆਂ ਮਿੱਠੀਆਂ ਦੀਆਂ ਉਹ ਵੀ ਨਹੀਂ ਸਵਾਦ ਸਹੀ ਪਰਪਸ ਕੀ ਹੁੰਦਾ ਚਾਰ ਸਬਜ਼ੀਆਂ ਦਾ ਪਤਾ ਕੀ ਹੁੰਦਾ ਸਹੀ ਪਰਪਸ ਹੁੰਦਾ ਜਿਵੇਂ ਸਪੋਜ਼ ਕਰੋ ਤੁਹਾਡੀ ਇੱਕ ਹੈਗੀ ਹੈ ਚੀਜ਼ ਟਮਾਟੋ ਹੈ ਉਹ ਖੱਟਾ ਮਿੱਠਾ ਜਾਂ ਫਲੇਵਰ ਆ ਜਾਂਦਾ ਨਾ ਇੱਕ ਮਟਰ ਮਸ਼ਰੂਮ ਹੁੰਦੀ ਹੈ ਜਿਹੜੀ ਉਹ ਥੋੜ੍ਹਾ ਕਰਾਰੇਪਨ ਚ ਹੁੰਦੀ ਹੈ ਇੱਕ ਦਾਲ ਹੁੰਦੀ ਹੈ ਜਿਹੜੀ ਠੀਕ ਹੈ ਉਹ ਦਾਲ ਕੀ ਹੁੰਦਾ ਥੋੜ੍ਹਾ ਜਿਹਾ ਠੀਕ ਠੀਕ ਜਿਹਾ ਫਲੇਵਰ ਹੁੰਦਾ ਮਿਕਸ ਵੈਜ ਨਾ ਨਮਕ ਘੱਟ ਨਾ ਮਿਰਚ ਜ਼ਿਆਦਾ ਠੀਕ ਆ ਕਰਾਰਾ ਮਿੱਠਾ ਉਸ ਤੋਂ ਬਾਅਦ ਚਾਰ ਫਲੇਵਰ ਕਾਊਂਟ ਹੋ ਜਾਂਦੇ ਫਲੇਵਰ ਡਿਫਰੈਂਟ ਸਾਰਿਆਂ ਨਾਲ ਵੱਡੀ ਚੀਜ਼ ਹੈ ਕੋਈ ਚਾਰ ਚੀਜ਼ਾਂ ਤੁਸੀਂ ਦੇ ਰਹੇ ਹੋ ਉਹਨਾਂ ਦੇ ਫਲੇਵਰ ਡਿਫਰੈਂਟ ਹੋਣੇ ਚਾਹੀਦੇ ਸਮਝ ਆ ਗਈ ਇੱਕੋ ਜਿਹੇ ਫਲੇਵਰ ਫਿਰ ਹੁੰਦਾ ਟੇਸਟ ਆਫ ਵਾਈਜ਼ ਡਿਫਰੈਂਟ ਇੱਕ ਰੈਡ ਗ੍ਰੇਵੀ ਹੈ ਇੱਕ ਯੈਲੋ ਗ੍ਰੇਵੀ ਹੈ ਠੀਕ ਹੈ ਇੱਕ ਬਰਾਊਨਿਸ਼ ਗ੍ਰੇਵੀ ਚ ਹੈ ਠੀਕ ਹੈ ਚਾਰਾਂ ਦਾ ਡਿਫਰੈਂਟ ਕਲਰ ਹੋਣਾ ਚਾਹੀਦਾ ਸਮਝ ਆ ਗਈ ਗੱਲ ਕੀ ਕੋਈ ਵੀ ਚੀਜ਼ ਹੈ ਤੁਸੀਂ ਟੇਸਟ ਵਧੀਆ ਬਣਾਓ ਪ੍ਰੈਜੈਂਟੇਸ਼ਨ ਸਾਰਿਆਂ ਨਾਲ ਪਹਿਲਾਂ ਪ੍ਰੈਜੈਂਟੇਸ਼ਨ ਘਰੇ ਕਿਸੇ ਨੂੰ ਦਾਲ ਵੀ ਦੇਣੀ ਹੈ ਨਾ ਉਹਨੂੰ ਮਹਿੰਗੀ ਕਰਕੇ ਦੇ ਦਿਓ ਦਾਲ ਦੇਣੀ ਦਾਲ ਨੂੰ ਵੀ ਕਰਨਾ ਥੋੜ੍ਹਾ ਜਿਹਾ ਸੋਤਾ ਇਹ ਕਲਰ ਵੀ ਲਗਾ ਦਿਆ ਕਰੋ ਦਾਲ ਨੂੰ ਕਲਰ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਹੁਣ ਥੋੜ੍ਹਾ ਜਿਹਾ ਪਨੀਰ ਵਗੈਰਾ ਕੱਦੂਕਸ ਕਰਕੇ ਪਾਤਾ ਜੇ ਪਨੀਰ ਨਹੀਂ ਹੈਗਾ ਮਲਾਈ ਨੂੰ ਥੋੜ੍ਹਾ ਜਿਹਾ ਕਰਤਾ ਪਾਤਾ ਥੋੜ੍ਹਾ ਧਨੀਆ ਪਾਤਾ ਮੇਥੀ ਪਾਤੀ ਉਹਦੀ ਪ੍ਰੈਜੈਂਟੇਸ਼ਨ ਜਦੋਂ ਤੁਸੀਂ ਕਿਸੇ ਨੂੰ ਦਿੰਦੇ ਹੋ ਨਾ ਉਹਨਾਂ ਟੇਸਟ ਆਫ ਫਾਈਲ ਵਧੀਆ ਫਿਰ ਉਹ ਤੁਹਾਨੂੰ ਨਾ ਮਾਰਕਸ ਦੇ ਦਿੰਦਾ ਠੀਕ ਹੈ ਯਾਰ ਹਾਂ ਯਾਰ ਇਹ ਵਧੀਆ ਬੰਦੇ ਨੇ ਨਾ 99% ਮਾਰਕਸ ਕਿਸੇ ਵੀ ਫੰਕਸ਼ਨ 'ਤੇ ਜਾਂਦੇ ਹੋ ਫੰਕਸ਼ਨ 'ਤੇ ਜਾ ਕੇ ਨਾ ਤੁਸੀਂ ਉਹਦੀ ਟੇਸਟ ਨਹੀਂ ਕਰਦੇ ਗੇ ਹਾਂ ਇਹ ਫੰਕਸ਼ਨ ਬਹੁਤ ਵਧੀਆ ਜਦੋਂ ਇਹ ਤੁਸੀਂ ਗੱਲ ਕਹਿ ਰਹੇ ਨਾ ਫੰਕਸ਼ਨ ਬਹੁਤ ਵਧੀਆ ਉੱਥੇ ਜਿਹੜਾ ਮਰਜ਼ੀ ਭਾਵੇਂ ਖਾਈ ਉਹ ਤੁਹਾਡਾ ਮਨ ਪ੍ਰਭੇਦ ਹੈ ਵਧੀਆ ਕਈ ਵਾਰ ਕੀ ਹੁੰਦਾ ਉਹਦੀ ਆਊਟਲੁੱਕ ਨਹੀਂ ਵਧੀਆ ਹੁੰਦੀ ਬਟ ਉਹਦਾ ਟੇਸਟ ਵਧੀਆ ਹੁੰਦਾ ਪਰ ਤੁਹਾਡੀ ਨੂੰ ਆਊਟਲੁੱਕ ਕਰਕੇ ਉਹਨੂੰ ਕੋਈ ਮਾਰਕਸ ਦੇ ਚੁੱਕੇ ਹੋ ਇਹ 40% ਮਾਰਕਸ ਹੈ ਜਾਂ 50% ਜਿੰਨਾ ਮਰਜ਼ੀ ਵਧੀਆ ਟੇਸਟ ਹੋਵੇ ਤੁਹਾਨੂੰ ਸਵਾਦ ਨਹੀਂ ਲੱਗ ਸਕਦਾ ਸਮਝ ਆ ਗਈ ਗੱਲ ਦੀ ਇਸ ਕਰਕੇ ਕੀ ਇਹ ਸਾਰਿਆਂ ਪਹਿਲਾਂ ਪ੍ਰੈਜੈਂਟੇਸ਼ਨ ਫਿਰ ਟੇਸਟ ਠੀਕ ਹੈ ਇਹ ਚੀਜ਼ਾਂ ਦਾ ਧਿਆਨ ਦੇਣਾ ਕਲਰਿੰਗ ਵਧੀਆ ਹੋਣੀ ਚਾਹੀਦੀ ਹੈ ਬਟ ਕੀ ਹੈ ਜ਼ਿਆਦਾਤਰ ਕੀ ਲੋਕ ਨਾ ਵੀ ਕੋਈ ਮੈਦਾ ਜ਼ਿਆਦਾ ਪਾ ਦੂਗਾ ਕੋਈ ਜ਼ਿਆਦਾ ਰੋਟੀ ਜ਼ਿਆਦਾ ਪਾ ਦੂਗਾ ਇਹਦੇ ਵੀ ਇੱਕ ਨਿਯਮ ਹੁੰਦੇ ਆ ਛੋਟੇ ਛੋਟੇ ਜਦੋਂ ਕਿਸੇ ਚੀਜ਼ ਨੂੰ ਕ੍ਰਿਸਪੀ ਬਣ ਕੇ ਕਰਨਾ ਉਦੋਂ ਇਕੱਲਾ ਕਾਮਿਕ ਤੋਂ ਯੂਜ਼ ਕਰਨਾ ਓਕੇ ਜਦੋਂ ਤੁਸੀਂ ਕ੍ਰਿਸਪੀ ਬਣ ਕੇ ਦੇਣਾ ਨਾ ਕੋਈ ਚੀਜ਼ ਕ੍ਰਿਸਪੀ ਦੇਣੀ ਆ ਉਹਨੂੰ ਕਾਮਿਕ ਤੋਂ ਯੂਜ਼ ਕਰਨਾ ਅਦਰਵਾਈਜ਼ ਕੀ 50% ਮੈਦਾ 50% ਕੌਨਫਲੋਰ ਯੂਜ਼ ਕਰ ਗੱਲ ਉਹਦਾ ਨਾਮ ਬਹੁਤ ਵਧੀਆ ਦਿਆ ਕਰੋ ਕੋਈ ਚੀਜ਼ ਹੁਣ ਮੈਂ ਇਹਦਾ ਨਾਮ ਦਿਉਂਗਾ ਜਿਵੇਂ ਕ੍ਰਿਸਪੀ ਹਨੀ ਬੇਬੀ ਪੋਟੈਟੋ ਠੀਕ ਹੈ ਟੌਸ ਵਿਦ ਦੇ ਗਾਰਲਿਕ ਸੋਸ ਸਭ ਵਿਦ ਦੇ ਸ਼ੀਸ਼ਮ ਇਸ ਤਰ੍ਹਾਂ ਨਾਮ ਦਿਉਂਗਾ ਨਾ ਅਗਲਾ ਪਤਾ ਨਹੀਂ ਕੀ ਹੈ ਇਹਦਾ ਆਲੂ ਹੈ ਗੁੜਗਾਵਾਂ ਦੇ ਵਿੱਚ ਜੋ ਪਲੇਟ ਪਤਾ ਕਿ 800 ਰੁਪਏ ਦੀ ਹੈ 16 ਪੀਸਟਰ ਦੇ ਛੋਟੇ ਆਲੂ ਸਮਝ ਆ ਗਈ ਗੱਲ ਦੀ ਵੱਡੇ ਵੱਡੇ ਰੈਸਟੋਰੈਂਟ 'ਚ ਇਹਨਾਂ ਦਾ ਨਾਮ ਥੋੜ੍ਹਾ ਜਿਹਾ ਚੇਂਜ ਕਰਕੇ ਤੁਹਾਨੂੰ ਕਹਿ ਦਿੰਦੇ ਹਨ ਜੀ ਬਹੁਤ ਟੇਸਟੀ ਹੈ ਸਭ ਪੈਸਿਆਂ ਦਾ ਮੁੱਲ ਹੈ ਠੀਕ ਹੈ ਅਤੇ ਇੱਕ ਚੀਜ਼ ਹੋਰ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਆਪਦੀ ਚੀਜ਼ ਨੂੰ ਸਸਤਾ ਕਰਕੇ ਨਾ ਦਿਆ ਕਰੋ ਠੀਕ ਹੈ ਜਦੋਂ ਤੁਸੀਂ ਕੋਈ ਚੀਜ਼ ਦੇਣੀ ਹੈ ਨਾ ਅੱਜ ਕੱਲ੍ਹ ਲੋਕਾਂ ਦਾ ਯੁੱਗ ਹੈ ਮਹਿੰਗੇ ਕਰਨ ਦਾ ਸਮਝ ਆ ਗਈ ਕੋਈ ਵੀ ਚੀਜ਼ ਬਣਾਈ ਹੈ ਉਹਨਾਂ ਨੂੰ ਕਹੋ ਮੈਂ ਆਹ ਚੀਜ਼ ਇਸ ਤਰ੍ਹਾਂ ਬਣਾਈ ਹੈ ਇੱਥੇ ਗਲਤ ਹੈ ਕਦਰ ਕਹਿੰਦੀ ਹੈ ਮਹਿੰਗੀ ਚੀਜ਼ ਭਾਵੇਂ 250 ਵਾਲੀ ਚੀਜ਼ ਸਹੀ ਹੋਵੇ ਉਸੇ ਤਰ੍ਹਾਂ ਕੁਕਿੰਗ ਦੇ ਵਿੱਚ ਵੀ ਪਤਾ ਕੀ ਹੈ ਚੰਗੇ ਰੈਸਟੋਰੈਂਟ ਦੀ ਕਦਰ ਕੀ ਹੁੰਦਾ ਰੇਟ ਮਹਿੰਗਾ ਕੋਈ ਵੀ ਚੀਜ਼ ਹੈ ਨਾ ਆਪਦੀ ਕੋਈ ਵੀ ਚੀਜ਼ ਸਸਤੀ ਕਰਕੇ ਨਹੀਂ ਦੇਣੀ
ਕੋਈ ਵੀ ਚੀਜ਼ ਬਣਾਈ ਹੈ ਨਾ, ਆਹ ਵਾਲੀ ਚੀਜ਼ ਮੈਂ ਇੱਥੋਂ ਲੈ ਕੇ ਐਵੇਂ ਬਣਾਈ ਹੈ, ਵਧੀਆ ਤਰੀਕੇ ਨਾਲ ਦਿੱਤੀ ਆ, ਆਹ ਮੈਨੂੰ ਚੀਜ਼ ਪਈ ਹੈ। ਪਹਿਲਾਂ ਸਾਧਨਾ ਪਹਿਲਾਂ ਪਤਾ ਕੀ ਆ, ਆਪਦੀ ਚੀਜ਼ ਦੀ ਆਪ ਕਦਰ ਕਰਿਆ ਕਰੋ। ਜਦੋਂ ਤੁਸੀਂ ਆਪ ਨਾਲ ਕਦਰ ਕਰੋਗੇ, ਲੋਕ ਕਿਵੇਂ ਕਰ ਦੇਣਗੇ? ਗਲਤ ਹੈ ਮੇਰੀ ਗੱਲ? ਦੇਖੋ, ਲੋਕ ਤੁਹਾਡੀ ਓਨੀ ਕੀ ਕਦਰ ਕਰਨਗੇ ਜਿੰਨੀ ਕੁ ਤੁਸੀਂ ਆਪਦੀ ਕਦਰ ਆਪ ਕਰਦੇ ਹੋ, ਠੀਕ ਹੈ। ਓਵਰ ਕੋਨਫੀਡੈਂਸ ਨਹੀਂ, ਬਟ ਕੋਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਕੁਕਿੰਗ ਦੇ ਵਿੱਚ ਵੀ ਇਹੀ ਹੋਇਆ, ਜਦੋਂ ਕੋਈ ਡਿਸ਼ ਤੁਸੀਂ ਬਣਾਉਂਦੇ ਹੋ ਉਹਦੇ ਪ੍ਰਤੀ ਆਪ ਅਵੇਅਰ ਹੋ। ਸਭ ਤੋਂ ਵੱਡੀ ਗੱਲ ਕਿਚਨ ਹੈ ਜਿਹੜੀ ਹਾਰਟ ਆਫ ਹੋਮ ਹੈ, ਯਾਦ ਰੱਖਿਆ ਹੀ ਮੇਰੀ ਗੱਲ। ਜਦੋਂ ਆਪਣੇ ਘਰ ਨੂੰ ਪਰਿਵਾਰ ਨੂੰ ਆਪਾਂ ਰਾਜ਼ੀ ਰੱਖਣਾ ਹੈ ਨਾ, ਉਹ ਕਿਚਨ ਹੀ ਇੱਕ ਰਸਤਾ ਹੈ। ਕੋਈ ਬੰਦਾ ਜਿੰਨਾ ਮਰਜ਼ੀ ਰੁੱਸਿਆ ਹੈ ਜਾਂ ਕਿਵੇਂ ਸਾਈਡ 'ਤੇ ਬੈਠਾ ਹੈ, ਉਹਦੀ ਮਨਪਸੰਦ ਦੀ ਚੀਜ਼ ਖਵਾ ਲਓ, ਖੁਸ਼ ਹੋ ਜਾਂਦਾ ਹੈ ਨਾ। ਦੇਖੋ ਜਿਹੜੀ ਕੁਕਿੰਗ ਹੈ ਨਾ, ਇਸ ਚੀਜ਼ ਨੂੰ ਰਾਜ਼ੀ ਯਾਦ ਰੱਖੋ ਮੇਰੀ ਗੱਲ ਨੂੰ, ਇੱਕ ਲੇਡੀਜ਼ ਦਾ ਗਹਿਣਾ ਹੈ, ਜੈਂਟਸ ਦਾ ਵੀ ਅੱਜਕੱਲ੍ਹ ਦਾ ਗਹਿਣਾ ਹੈ। ਘਰ ਵਾਲੀ ਨੂੰ ਰਾਜ਼ੀ ਕਰਨਾ ਕੁਕਿੰਗ ਕਰਕੇ ਰਾਜ਼ੀ ਕਰ ਸਕਦਾ, ਠੀਕ ਹੈ। ਚੰਗੀ ਫੈਮਿਲੀ ਨੂੰ ਜੁਆਇੰਟ ਰੱਖਣ ਵਾਸਤੇ ਕੁਕਿੰਗ ਦਾ ਬਹੁਤ ਵੱਡਾ ਹੱਥ ਹੈਗਾ। ਦੂਜੇ ਨੰਬਰ 'ਤੇ ਯਾਦ ਰੱਖਿਆ ਹੈ ਮੇਰੀ ਗੱਲ ਨੂੰ, ਕੁਕਿੰਗ ਇੱਕ ਇਹੋ ਜਿਹੀ ਚੀਜ਼ ਹੈ ਰਾਜੇ, ਸਪੋਜ ਕਰੋ ਨਾ ਇੱਕ ਬੰਦਾ ਆਪਣੀ ਕਿੰਨੀ ਕੁ ਰਿਸਪੈਕਟ ਕਰਦਾ। ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ, ਜਦੋਂ ਉਹ ਜਦੋਂ ਆਪਾਂ ਨੂੰ ਚਾਹ ਦਾ ਕੱਪ ਵੀ ਦਿੰਦਾ ਨਾ, ਆਪਾਂ ਨੂੰ ਪਤਾ ਲੱਗ ਜਾਂਦਾ, ਆਪਾਂ ਪੀਂਦੇ ਹਾਂ ਨਾ ਜਦੋਂ, ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਕਿੰਨੀ ਕੁ ਕਦਰ ਕਰ ਰਹੇ ਹਾਂ। ਉਹਦੇ ਵਿੱਚ ਕੀ ਆਉਂਦਾ, ਫੀਲਿੰਗਸ ਆਉਂਦੀਆਂ ਕੁਕਿੰਗ ਦੇ ਵਿੱਚ, ਯਾਦ ਰੱਖੋ ਫੀਲਿੰਗ ਆਉਂਦੀਆਂ। ਸਪੋਜ ਕਰੋ ਜਿਸ ਦਿਨ ਬੰਦਾ ਨਾ ਰੁੱਸਿਆ ਹੋਇਆ, ਉਹਨੂੰ ਕਹਿੰਦਾ ਮੰਮੀ ਚਾਹ ਦਾ ਕੱਪ ਬਣਾ ਦੇ, ਮੰਮੀ ਦਾ ਸਿਰ ਦਰਦ ਹੈ ਜਾਂ ਮਨ ਹੈ ਨਹੀਂ, ਉਹ ਚਾਹ ਦਾ ਕੱਪ ਵੀ ਦੇਣਗੇ ਨਾ, ਸਵਾਦ ਨਹੀਂ ਆਉਂਦਾ ਗਾ, ਉਹਦੇ 'ਚ ਫੀਲਿੰਗਸ ਪਤਾ ਲੱਗਦੀਆਂ। ਦੇਖੋ ਖਾਣਾ ਇੱਕ ਇਹੋ ਜਿਹੀ ਚੀਜ਼ ਹੈ, ਉਹਦੇ ਨਾਲ ਆਪਾਂ ਨੂੰ ਦੂਜੇ ਦੀ ਫੀਲਿੰਗ ਦਾ ਪਤਾ ਲੱਗਦਾ, ਸਮਝ ਆ ਗਈ। ਦੇਖੋ ਹੁਣ ਸਿੰਪਲ ਜੀ ਗੱਲ ਹੈ, ਹਮੇਸ਼ਾ ਯਾਦ ਰੱਖੋ ਜਦੋਂ ਵੀ ਤੁਸੀਂ ਖਾਣਾ ਬਣਾਉਣਾ ਨਾ, ਉਦੋਂ ਰੱਬ ਦਾ ਨਾਮ ਲੈ ਕੇ ਖਾਣਾ ਬਣਾਇਆ ਕਰੋ, ਠੀਕ ਹੈ। ਉਹਦੇ ਨਾਲ ਕੀ ਹੈ, ਚੰਗੀਆਂ ਫੀਲਿੰਗਸ ਆਉਂਦੀਆਂ ਖਾਣੇ ਵਿੱਚ। ਫੈਮਿਲੀ ਨੂੰ ਜੁਆਇੰਟ ਰੱਖਣ ਵਾਸਤੇ ਸਭ ਨਾਲ ਵੱਡਾ ਹੱਥ ਖਾਣੇ ਦਾ, ਠੀਕ ਹੈ। ਦੂਜੇ ਨੰਬਰ 'ਤੇ ਹੁਣ ਖਾਣੇ ਨੂੰ ਆਪਾਂ ਪਤਾ ਕੀ ਕਰਦੇ ਹਾਂ, ਘਰੇ ਜਦੋਂ ਕਿਚਨ ਦੇ ਵਿੱਚ ਜਾਂਦੇ ਹਾਂ, ਕਿਚਨ ਨੂੰ ਕੀ ਆਪਾਂ ਸਾਰੇ ਘਰ ਨੂੰ ਏਸੀ ਵਗੈਰਾ ਸਭ ਕੁਛ ਕਰ ਦਿੰਦੇ ਹਾਂ, ਕਰ ਦਿੰਦੇ ਹਾਂ। ਦੇਖੋ ਸਭ ਨਾਲ ਜ਼ਿਆਦਾ ਪੈਸਾ ਆਪਾਂ ਲਾ ਦਿੰਦੇ ਹਾਂ ਡਰਾਇੰਗ ਰੂਮ 'ਚ ਲਾਉਂਦੇ ਹਾਂ ਨਾ, ਲੋਕਾਂ ਦੇਖਿਆ ਨਾ ਵੀ ਡਰਾਇੰਗ ਰੂਮ ਬਹੁਤ ਵਧੀਆ ਬਣਿਆ, ਐਂ ਕਰਦੇ ਹਾਂ ਨਾ ਆਪਾਂ। ਡਰਾਇੰਗ ਰੂਮ ਆਪਣਾ ਮਹੀਨੇ 'ਚ ਕਿੰਨੀ ਵਾਰੀ ਖੁੱਲਦਾ? ਜਦੋਂ ਕੋਈ ਆਉਂਦਾ ਗੈਸਟ ਆਉਂਦਾ 15-20 ਦਿਨਾਂ ਬਾਅਦ ਆਉਂਦਾ। ਆਪਾਂ ਕਿਚਨ 'ਚ ਐਂਟਰ ਜਦੋਂ ਹੁੰਦਾ ਡੇਲੀ ਹੁੰਦਾ। ਦੇਖੋ ਕਿਚਨ ਦੇ ਵਿੱਚ ਸਭ ਨਾਲ ਪਹਿਲਾਂ ਕੀ ਕਰੋ, ਮਿਊਜ਼ਿਕ ਸਿਸਟਮ ਵਗੈਰਾ ਲਾ ਕੇ ਰੱਖੋ, ਠੀਕ ਹੈ। ਜਦੋਂ ਤੁਸੀਂ ਮਿਊਜ਼ਿਕ ਵਗੈਰਾ ਸੁਣਦੇ ਵੀ ਹੁੰਦੇ ਹੋ, ਥੋੜ੍ਹਾ ਜੂਮ ਜੂਮ ਕਰਦੇ ਹੁੰਦੇ ਹੋ, ਉਦੋਂ ਖਾਣੇ ਦਾ ਟੇਸਟ ਵਧੀਆ ਹੁੰਦਾ। ਸੈਕਿੰਡਲੀ ਕੀ ਹੈ, ਹੋ ਸਕਦਾ ਉੱਥੇ ਅਗਿਆਸ ਜਾਂ ਤੁਹਾਡਾ ਮਨ ਕਦੇ ਏਸੀ ਵੀ ਕੰਮ ਫਿੱਟ ਕਰ ਲਓ, ਠੀਕ ਹੈ। ਤੀਜੇ ਨੰਬਰ 'ਤੇ ਕੀ ਹੈ, ਜਦੋਂ ਤੁਸੀਂ ਸੋਹਣੇ ਕੱਪੜੇ ਪਾ ਲੈਂਦੇ ਹੋ, ਉਦੋਂ ਵੀ ਕਿਚਨ ਨੂੰ ਜਾਣ ਨੂੰ ਦਿਲ ਨਹੀਂ ਕਰਦਾ ਹੁੰਦਾ, ਮੇਰੇ ਕੱਪੜੇ ਨਾਲ ਲਿਪੜ ਜਾਣ ਹੁੰਦਾ ਨਾ। ਰਾਜੇ ਕੋਸ਼ਿਸ਼ ਕਰੋ ਆਪਣੇ 3-4 ਐਪਰਨ ਆਪਦੇ ਕੋਲ ਰੱਖੋ, ਸਮਝ ਆ ਗਈ। ਤੁਸੀਂ ਜਦੋਂ ਵੀ ਕਿਚਨ 'ਚ ਐਂਟਰ ਕਰਨਾ, ਤੁਹਾਡਾ ਐਪਰਨ ਤੁਹਾਡੇ ਪਾਇਆ ਹੋਵੇ, ਉਦੋਂ ਤੁਹਾਡਾ ਕੀ ਟੈਨਸ਼ਨ ਦੂਰ ਹੋ ਜੂ, ਕਿਸ ਚੀਜ਼ ਦੀ, ਮੇਰੇ ਕੱਪੜੇ ਲਿਪੜਨਗੇ। ਇੱਕ ਹੋਰ ਤੁਹਾਨੂੰ ਮੈਂ ਟਿਪ ਦਿੰਦਾ, ਆਪਣੇ ਘਰਾਂ 'ਚ ਹੋਰ ਗੰਦੀ ਬਿਮਾਰੀ ਕੀ ਹੈ ਪਤਾ, ਸਭ ਨਾਲ ਜ਼ਿਆਦਾ ਗੰਦੀ। ਆਪਣੇ ਨਾਲ ਭਾਂਡੇ ਇਕੱਠੇ ਕਰੀ ਜਾਂਦੇ ਆ, ਬਾਅਦ 'ਚ ਇਕੱਠੇ ਧੋ ਲੈਂਦੇ ਆ। ਹੁਣ ਤੁਸੀਂ ਕੀ ਕਰਨਾ, ਜਿਵੇਂ ਦਾਲ ਵਾਲਾ ਕੁੱਕਰ ਹੈ ਨਾ, ਜਦੋਂ ਦਾਲ ਤੁਸੀਂ ਬਣਾ ਲਈ, ਕੁੱਕਰ ਨੂੰ ਨਾਲ ਗਰਮ ਗਰਮ ਵਾਸ਼ ਕਰ ਲਓ, ਉਹਦੇ ਨਾਲ ਕੀ ਹੈ ਕਿ ਟਾਈਮਿੰਗ ਘੱਟ ਲੱਗੀ, ਸਮਝ ਆ ਗਈ ਗੱਲ ਦੀ। ਜਦੋਂ ਤੁਹਾਡਾ ਪੈਨ ਵੇਲਾ ਹੋ ਗਿਆ, ਜਲਦੀ ਜਲਦੀ ਸਰਵ ਮਾਰ ਕੇ ਰੱਖ, ਜਦੋਂ ਕਿਚਨ ਸਾਫ਼ ਸੁਥਰੀ ਮਿਲੇਗੀ ਤੁਹਾਡਾ ਐਂਟਰ ਕਰਨ ਨੂੰ ਦਿਲ ਕਰੂਗਾ। ਜਦੋਂ ਕਿਚਨ ਦੇ ਵਿੱਚ ਤੁਹਾਨੂੰ ਕੀ ਭਾਂਡੇ ਮਿਲਣਗੇ, ਜਦੋਂ ਵੀ ਤੁਸੀਂ ਕੋਈ ਕੰਮ ਕਰ ਰਹੇ ਹੋ ਨਾਲ ਦਾ ਡਸਟਿੰਗ ਕਰ ਦਿਓ। ਯਾਦ ਰੱਖੋ ਮੇਰੀ ਗੱਲ ਦਾ, ਜਦੋਂ ਆਪਾਂ ਫੇਲ ਹੁੰਦੇ ਹਾਂ ਨਾ, ਉਹ ਪਰਮਾਤਮਾ ਬਹੁਤ ਵਧੀਆ ਟਾਈਮਿੰਗ ਘੱਟਦਾ ਪਿਆ ਹੁੰਦਾ। ਜਦੋਂ ਕੋਈ ਸਪੋਜ ਕਰੋ ਕੋਈ ਰੈਸਪੀ ਘਰੇ ਬਣਾ ਰਹੇ ਹੋ ਨਾ, ਕੋਈ ਫੇਲ ਹੁੰਦੀ ਹੈ, ਚੀਜ਼ ਵਧੀਆ ਨਹੀਂ ਬਣੀ, ਤਾਂ ਹੱਸ ਪਿਆ ਕਰੋ, ਰੋਇਆ ਨਾ ਕਰੋ, ਸ਼ਾਇਦ ਪਰਮਾਤਮਾ ਦੇ ਇੰਨਾ ਚੰਗੇ ਵਾਸਤੇ ਤੁਹਾਡੇ ਵਾਸਤੇ ਕੁਛ ਕੀਤਾ ਹੋਇਆ।